ਆਪਣੇ ਬਾਰੇ ਇੱਕ ਡਿਸਕ੍ਰਿਪਸ਼ਨ ਦੇ ਦਿਓ ਵੀ ਇਹ ਇਸਤਾਰੀ ਬੰਦਾ ਕੌਣ ਹੈ ਅਤੇ ਕੀ ਹੈ? ਮੈਂ ਇੱਕ ਨੋਰਮਲ ਬੰਦਾ ਹੀ ਹਾਂ ਜੀ, ਅਤੇ ਮਾਰਕੀਟ ਦੇ ਵਿੱਚ ਮੈਨੂੰ ਕਾਫੀ ਚਿਰ ਹੋ ਗਿਆ। ਐਕਚੁਅਲੀ ਮੈਂ ਰੀਜਨਲੀ ਕਾਰਪੈਂਟਰੀ ਦਾ ਕੰਮ ਕਰਦਾ, ਹਾਂਜੀ, ਅਤੇ ਇਹ ਮੇਰਾ ਸ਼ੌਕ ਹੈ। ਅਤੇ ਨਾਲ ਦੀ ਨਾਲ ਵਿਜ਼ਨ ਟੀਵੀ 'ਤੇ ਮੇਰੇ ਕੋਲ ਡੇਢ ਘੰਟੇ ਦਾ ਪ੍ਰੋਗਰਾਮ, ਉਹ ਵੀ ਪ੍ਰਾਈਮ ਟਾਈਮ 'ਤੇ ਸਾਰੀ ਕੈਨੇਡਾ ਦੇ ਵਿੱਚ ਕਵਰ ਕਰਦੇ ਹਾਂ। ਇੱਕ ਦਾ ਨਾਮ ਹੈਗਾ ਪਿਆਰ ਹੀ ਪਿਆਰ, ਅੱਛਾ, ਦੂਸਰੇ ਦਾ ਨਾਮ ਹੈਗਾ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤਾਰੀ ਜੀ, ਤੁਸੀਂ ਇਸ ਸਫ਼ਰ ਦੇ ਵਿੱਚ ਕਦੋਂ ਦੇ ਹੈਗੇ ਹੋ ਔਰ ਇਹ ਸਫ਼ਰ ਹੁਣ ਤੱਕ ਦਾ ਕਿਵੇਂ ਰਿਹਾ ਹੈ? ਕਿਉਂਕਿ ਕਈ ਹੁਣ ਵੇਖ ਰਹੇ ਨੇ ਆਪਾਂ ਨੂੰ ਕਿ ਤੁਹਾਡੀਆਂ ਗੱਲਾਂ ਉਹ ਸੁਣ ਕੇ ਕਹਿ ਰਹੇ ਨੇ ਕਿ ਅਸੀਂ ਤਾਰੀ ਵਾਂਗੂ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹਾਂ। ਜੀ ਬਿਲਕੁਲ, ਤਕਰੀਬਨ ਜਿਹੜਾ ਪਿਆਰ ਹੀ ਪਿਆਰ ਪ੍ਰੋਗਰਾਮ ਚੱਲਦਾ, ਇਹ ਪਿਆਰ ਹੀ ਪਿਆਰ ਪ੍ਰੋਗਰਾਮ ਨੂੰ 4 ਸਾਲ ਹੋ ਗਏ ਚੱਲਦੇ ਨੂੰ। ਉਹ ਜਦ ਵੀ ਮੁੜ ਕੇ ਪਿੰਡ ਨੂੰ ਜਾਣਾ, ਮੈਂ ਜਦ ਵੀ ਮੁੜ ਕੇ ਪਿੰਡ ਨੂੰ ਜਾਣਾ, ਪਿੰਡ ਦੀ ਹਾਮੀ ਭਰਨੀ ਭਰਨੀ, ਆ ਪੰਜ ਪਿੰਡਾਂ ਨੂੰ ਇਕੱਠੇ ਕਰਕੇ ਪਿੰਡ ਨੂੰ ਰੋਟੀ ਕਰਨੀ, ਆ ਪੰਜ ਪਿੰਡਾਂ ਨੂੰ ਇਕੱਠੇ ਕਰਕੇ ਪਿੰਡ ਨੂੰ ਰੋਟੀ ਕਰਨੀ, ਆ ਜਦ ਵੀ ਮੁੜ ਕੇ ਪਿੰਡ ਨੂੰ ਜਾਣਾ।